ਅਸੀਂ ਕਿਤੇ ਮਜਬੂਰ ਨਾ ਹੋ ਜਾਈਏ ਆਪਣੇ ਪ੍ਰੋਜੈਕਟ ਦੇ ਘਰ ਕੰਮ ਕਰਨ ਵਾਸਤੇ ਸਾਡੀਆਂ ਬੱਚਿਆਂ ਨੂੰ ਨਾ ਜਾਣਾ ਪਵੇ, ਕਿਉਂਕਿ ਇਸ ਟਾਈਮ ਜਿਹੜਾ ਸਾਡਾ ਕਸ਼ਮੀਰ ਦਾ ਜਿਹੜਾ ਤੁਸੀਂ ਅਗਰ ਪਿੰਡਾਂ ਵਿੱਚ ਦੇਖੋਗੇ ਸਿਰਫ ਪੈਨਸ਼ਨ 'ਤੇ ਚੱਲ ਰਿਹਾ ਸਾਡਾ ਕੰਮ। ਅਗਰ ਅਸੀਂ ਲਿਸਟ ਬਣਾ ਕੇ ਤੁਹਾਨੂੰ ਦਈਏ, ਆਉਣ ਵਾਲਾ ਟਾਈਮ ਜਿਹੜਾ ਹੈ ਉਹ ਬਹੁਤ ਹੀ, ਮੈਂ ਸਮਝਦਾ ਕਿ ਬਹੁਤ ਹੀ ਭਿਆਨਕ ਹੋਏਗਾ ਸਾਡੇ ਵਾਸਤੇ ਜੇ ਅਸੀਂ ਅੱਜ ਇੱਕ ਰਣਨੀਤੀ ਨਾਲ ਅਸੀਂ ਆਪਣੇ ਆਪ ਨੂੰ ਨਹੀਂ ਸੰਭਾਲਿਆ, ਆਪਣੇ ਯੂਥ ਨੂੰ ਨੌਕਰੀਆਂ ਨਹੀਂ ਮਿਲੀਆਂ। ਅਤੇ ਫਿਰ ਸਾਨੂੰ ਚਾਹੀਦਾ, ਕਿਉਂਕਿ ਇੰਡਸਟਰੀ ਇੱਥੇ ਅਸੀਂ ਲਾ ਨਹੀਂ ਸਕਦੇ, ਹਾਲਾਤ ਬਿਲਕੁਲ ਖਰਾਬ ਰਹੇ ਨੇ। ਅਤੇ ਹੁਣ ਜਿਹੜੇ ਨੌਜਵਾਨ ਨੇ ਉਹ ਇਸ ਪਾਸੇ ਜਾ ਵੀ ਨਹੀਂ ਰਹੇ। ਅਸੀਂ ਗੱਲ ਕੀਤੀ ਸੀ, ਸਾਡੀ ਇੱਕ ਮੀਟਿੰਗ ਸੀ ਪੂਰੀ ਕਮੇਟੀਆਂ ਦੀ, ਕਿ ਅਸੀਂ ਕੋਈ ਆਪਣੇ ਬੱਚਿਆਂ ਨੂੰ ਰੋਜ਼ਗਾਰਦਾਰ ਵੀ ਲਾਈਏ, ਕਿਉਂਕਿ ਸਾਡੇ ਕੋਲ ਕੋਈ ਜ਼ਮੀਨਾਂ ਵੀ ਹੈ ਵੀ, ਇੰਨੇ ਕੰਮ ਅਸੀਂ ਲੋਕ ਕਰ ਸਕਦੇ ਹਾਂ। ਲੇਕਿਨ ਅਸੀਂ ਜਿਹੜਾ ਜੰਮੂ ਸ੍ਰੀਨਗਰ ਦਾ ਚੱਕਰ ਹੈ ਨਾ, ਇਹ ਸਾਨੂੰ ਛੱਡਣਾ ਪੈਣਾ, ਤਾਂ ਅਸੀਂ ਲੋਕ ਇੱਥੇ ਆਬਾਦ ਹੋ ਸਕਦੇ ਹਾਂ। ਮੈਂ ਤੁਹਾਨੂੰ ਦੱਸਦਾ ਸਾਡੀ ਜਿਹੜੀ ਬਰਬਾਦੀ ਹੋ ਗਈ ਹੈ, ਕਿਉਂਕਿ ਅਸੀਂ ਅਕਤੂਬਰ ਨਵੰਬਰ ਆਉਂਦਾ ਅਤੇ ਸਾਰਿਆਂ ਦੀ ਤਿਆਰੀ ਹੁੰਦੀ ਜੰਮੂ ਜਾਣ, ਚਾਹੇ ਉੱਥੇ ਕੰਮ ਹੋਵੇ ਨਾ ਹੋਵੇ, ਜੋ ਇੱਥੇ ਕਮਾਇਦਾ ਹੁੰਦਾ ਸੀ ਉਹਦੇ ਖਰਚ ਕਰਕੇ ਆ ਜਾਂਦਾ। ਜੰਮੂ ਜਾਓ, ਜ਼ਰੂਰ ਜਾਓ, ਬਜ਼ੁਰਗਾਂ ਨੂੰ ਭੇਜੋ, ਜਿਹੜੇ ਨੌਜਵਾਨ ਵੀਰ ਹਨ ਮੇਰੇ ਇੱਥੇ, ਕਿਉਂਕਿ ਅਸੀਂ ਇੱਕ ਨੌਜਵਾਨ ਗਰੁੱਪ ਬਣਾਇਆ ਹੋਇਆ ਸਾਡੇ ਕੋਲ, ਜਿਸ ਤਰ੍ਹਾਂ ਯੂਨਾਈਟਡ ਸਿੱਖ ਫਰੰਟ ਹੈਗੇ ਨੇ, ਬਾਕੀ ਜਿੰਨੇ ਮਿਸ਼ਨਰੀ ਵਾਲੇ ਬੱਚੇ ਨੇ ਸਾਡੇ ਕੋਲ, ਅਸੀਂ ਬਿਜ਼ਨਸ ਕਿਉਂ ਨਹੀਂ ਕਰ ਸਕਦੇ? ਕਿਉਂਕਿ ਅਸੀਂ ਉਹ ਸੋਚਣਾ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਅੱਗੇ ਕਿਸ ਤਰ੍ਹਾਂ ਚਲਾਉਣਾ। ਨੌਕਰੀਆਂ ਠੀਕ ਹਨ, ਹਰ ਬੰਦੇ ਨੂੰ ਗੌਰਮੈਂਟ ਨੌਕਰੀ ਤਾਂ ਨਹੀਂ ਮਿਲੇਗੀ। ਅਸੀਂ ਆਪਣੀ ਜਿਹੜੀ ਸੋਚ ਆ ਉਹਨੂੰ ਬਦਲੀਏ, ਤਾਂ ਕਿ ਅਸੀਂ ਚੜ੍ਹਦੀ ਕਲਾ ਵਿੱਚ ਰਹੀਏ, ਗੁਰੂ ਮਹਾਰਾਜ ਕੋਲ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਸ਼ਕਤੀ ਦੇ, ਅਸੀਂ ਚੜ੍ਹਦੀ ਕਲਾ ਵਿੱਚ ਆਪਣੀ ਧਰਤੀ 'ਤੇ ਰਹੀਏ। ਹੋਰ ਮੇਰੀ ਇੱਕ ਹੋਰ ਅਪੀਲ ਆ ਤੁਹਾਡੇ ਕੋਲ, ਕਿ ਤੁਸੀਂ ਮਿਹਰਬਾਨੀ ਕਰਕੇ ਆਪਣੀਆਂ ਜ਼ਮੀਨਾਂ ਨਾ ਵੇਚੋ, ਦੇਖਾ ਦਿਖਾਈ ਨਾ ਕਰੋ, ਨਿਮਰਤਾ ਵਿੱਚ ਰਹੋ, ਕਿਉਂਕਿ ਉਹ ਸਾਡੇ ਕੋਲ ਇੱਕ ਪੂੰਜੀ ਆ ਸਾਡੇ ਬਜ਼ੁਰਗਾਂ ਦੀ। ਫੈਸ਼ਨ ਠੀਕ ਹੈ, ਸਭ ਠੀਕ ਹੈ, ਲੇਕਿਨ ਕਮਾਈ ਵੀ ਦੇਖਣੀ ਆ ਅਸੀਂ ਕਿ ਸਾਡੇ ਘਰ ਆਉਣ ਵਾਲੇ 10 ਸਾਲ, ਆਉਣ ਵਾਲੇ 20 ਸਾਲ ਵਿੱਚ ਸਾਡਾ ਕੀ ਇੱਕ ਤਰੀਕਾ ਰਹੇਗਾ, ਤਰੀਕੇਕਾਰ ਕੀ ਹੋਏਗਾ। ਅਸੀਂ ਆਪਣੇ ਛੋਟੇ ਛੋਟੇ ਬਿਜ਼ਨਸ, ਕਾਫੀ ਸਾਰੇ ਬਿਜ਼ਨਸ, ਅਸੀਂ ਇੱਕ ਵਰਕਸ਼ਾਪ ਕਰਾਂਗੇ, ਕਿਉਂਕਿ ਮੈਂ ਜਿਹੜਾ ਇੱਥੇ ਚੈਂਬਰ ਉਹਦਾ ਵੀ ਪ੍ਰੈਜੀਡੈਂਟ ਆ, ਅਸੀਂ ਕਾਫੀ ਲੋਕਾਂ ਨੂੰ ਗਾਈਡ ਕੀਤਾ। ਅਸੀਂ ਸ਼ੀਪ ਫਾਰਮ, ਪੋਲਟਰੀ ਫਾਰਮ ਇੰਨਾ ਇੱਥੇ ਚੱਲ ਸਕਦਾ ਹੈ, ਡੇਅਰੀ ਫਾਰਮ ਜਿਹੜਾ ਸਾਨੂੰ ਹਰ ਘਰ ਵਿੱਚ ਜ਼ਰੂਰਤ ਹੈ। ਅਸੀਂ ਲੋਕ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹਾਂ, ਲੇਕਿਨ ਸਾਨੂੰ ਆਪਣੀ ਰਣਨੀਤੀ, ਜਿਹੜਾ ਅਸੀਂ ਲੋਕਾਂ ਕੋਲ ਜਾ ਕੇ ਨੌਕਰੀ ਕਰਦੇ ਹਾਂ, ਅਸੀਂ ਆਪਣਾ ਕੰਮ ਕਿਉਂ ਨਾ ਸਟਾਰਟ ਕਰੀਏ। ਅਤੇ ਮੇਰੀ ਇਸ ਪੂਰੀ ਸਾਧ ਸੰਗਤ ਅੱਗੇ, ਪੂਰੇ ਕਸ਼ਮੀਰ ਦੇ ਮੇਰੇ ਵੀਰਾਂ ਅੱਗੇ ਅਪੀਲ ਹੈ, ਇੱਕ ਆਪਣੇ ਮਾਇੰਡ ਸੈੱਟ ਨੂੰ ਚੇਂਜ ਕਰੋ, ਤਾਂ ਕਿ ਅਸੀਂ ਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਵਿੱਚ ਸਿੰਘ ਹਰੋਖਾ, ਜਿਸ ਤਰ੍ਹਾਂ ਤੁਸੀਂ ਜਥੇਦਾਰ ਸਾਹਿਬ ਨੇ ਤੁਹਾਨੂੰ ਦੱਸਿਆ, ਸਿੰਘ ਕਦੇ ਵੀ ਜਿਸ ਤਰ੍ਹਾਂ ਟਾਈਗਰ ਨੇ ਗੱਲ ਕੀਤੀ ਹੈ, ਕਦੇ ਕਮਜ਼ੋਰ ਨਹੀਂ ਹੁੰਦਾ, ਕਦੇ ਕੱਲਾ ਨਹੀਂ ਹੁੰਦਾ, ਅਸੀਂ ਗਿਣਤੀ ਵਿੱਚ ਬਹੁਤ ਹਾਂ, ਅਸੀਂ ਕੰਟੀਨਿਊ ਕੁਆਲਿਟੀ ਵਾਲੇ ਬਣੀਏ। ਅਤੇ ਆਪਣਾ ਜੀਵਨ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਗੁਰੂ ਮਹਾਰਾਜ ਦੀ ਆਪਣੀ ਨਜ਼ਰ ਵਿੱਚ, ਗੁਰੂ ਮਹਾਰਾਜ ਦੇ ਅੰਦਰ ਫਗੜ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ। ਅਤੇ ਆਉਣ ਵਾਲੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਗੁਰਸਿੱਖੀ ਨਾਲ ਜੋੜੀਏ, ਤਾਂ ਕਿ ਉਹ ਗੁਰਸਿੱਖੀ ਨਾਲ ਜੁੜ ਕੇ ਰਹਿਣ। ਜਿਸ ਤਰ੍ਹਾਂ ਬਾਕੀ ਪਿੱਛੇ ਤੁਸੀਂ ਆਪ ਦੇਖਿਆ ਕਿ ਜੋ ਜਿਸ ਤਰ੍ਹਾਂ ਇਸ਼ੂ ਹੋਏ ਨੇ ਇੱਥੇ, ਉਹ ਸਾਡੀਆਂ ਭੈਣਾਂ ਦਾ ਪਹਿਲੇ ਕੰਮ ਹੈ ਕਿ ਉਸ ਚੀਜ਼ 'ਤੇ ਪਹਿਰਾ ਦੇਣਾ, ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਸੁਣੀ, ਅਸੀਂ ਜਿੱਥੇ ਰਹਿ ਰਹੇ ਹਾਂ ਉਹ ਕਿਤੇ, ਜਿਸ ਤਰ੍ਹਾਂ ਸਾਡੀ ਜਿਹੜੀ ਪਾਪੂਲੇਸ਼ਨ ਹੈ ਬਹੁਤ ਘੱਟ ਹੈ, ਅਤੇ ਅਸੀਂ ਆਪਣੇ ਪਰਿਵਾਰ 'ਤੇ ਪਹਿਰਾ ਆਪੇ ਹੀ ਦੇਣਾ, ਕੋਈ ਦੂਜਾ ਨਹੀਂ ਆਏਗਾ ਸਾਨੂੰ ਕੋਈ ਚੀਜ਼ਾਂ ਸਮਝਾਉਣ ਵਾਸਤੇ, ਜੋ ਇੱਕ ਮੈਂ ਇੱਕ ਬੇਟੀ ਨੂੰ ਸਮਝਾ ਸਕਦੀ ਹੈ, ਇੱਕ ਘਰ, ਇੱਕ ਪਰਿਵਾਰ, ਇੱਕ ਬੱਚੀ ਨੂੰ ਸਮਝਾ ਸਕਦਾ ਹੈ। ਅਤੇ ਮੈਂ ਆਪਣੇ ਵੀਰਾਂ ਨੂੰ ਵੀ ਉਸ ਤਰ੍ਹਾਂ ਹੀ, ਜਿਸ ਤਰ੍ਹਾਂ ਮੈਂ ਭੈਣਾਂ ਨੂੰ ਗੱਲ ਕਰਦਾ, ਕਿ ਉਹਨਾਂ ਨੂੰ ਵੀ ਆਪਣੀ ਪਰਸਨੈਲਿਟੀ, ਆਪਣਾ ਕਾਰੋਬਾਰ, ਆਪਣੇ ਆਪ ਨੂੰ ਉਹ ਸਮਾਰਟ ਬਣਾਉਣਾ ਪੈਣਾ, ਤਾਂ ਕਿ ਅੱਜ ਅਸੀਂ ਮੈਕਸੀਮਮ ਬੱਚੀਆਂ ਬਾਹਰ ਸ਼ਾਦੀਆਂ ਕਰਦੇ ਹਾਂ, ਅਸੀਂ ਨੌਕਰੀਆਂ, ਕਿਉਂਕਿ ਤੁਹਾਡੀ ਜਿਹੜਾ ਟਾਈਮ ਹੈ ਤੁਹਾਡੇ ਵਾਸਤੇ, ਇਸ ਤੋਂ ਉੱਪਰ ਦਾ ਟਾਈਮ ਨਹੀਂ ਆ ਸਕਦਾ। ਮਹਾਰਾਜ ਕਹਿੰਦੇ ਨੇ ਵਕਤ ਵਿਚਾਰੇ ਸੋ ਬੰਦਾ ਹੋਵੇ, ਅਸੀਂ ਟਾਈਮ ਨਹੀਂ ਪਾਸ ਕਰਨਾ, ਅਸੀਂ ਮਿਹਨਤ ਕਰਨੀ ਹੈ। ਅਤੇ ਗੁਰੂ ਨਾਨਕ ਦੇਵ ਜੀ ਨੇ ਉਹਦਾ ਪਹਿਲਾ ਇਹ ਸੀ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਅਗਰ 3 ਚੀਜ਼ਾਂ ਬੰਦੇ ਨੂੰ ਸਮਝ ਆ ਜਾਣ, ਮੈਂ ਚਾਹੁੰਦਾ ਕਿ ਮੈਂ ਸਮਝਦਾ ਕਿ ਇਸ ਤੋਂ ਵੱਡੀ ਚੀਜ਼ ਕੋਈ ਨਹੀਂ। ਅਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਕਿਰਤ ਕਰਨ ਵਾਲਾ ਜਿਹੜਾ ਕੰਮ ਹੈ, ਉਹ ਅਸੀਂ ਸਾਰੇ ਸ਼ੁਰੂ ਕਰੀਏ, ਅਸੀਂ ਕਿਰਤ ਕਰਨੀ ਛੱਡ ਦਿੱਤੀ ਹੋਈ ਹੈ। ਮੈਂ ਫਿਰ ਅਪੀਲ ਕਰਾਂਗਾ, ਕਿਉਂਕਿ ਅਸੀਂ ਮੈਨੂੰ ਅਸੀਂ ਕਾਫੀ ਵਾਰੀ ਚਿੰਤਾ ਕਰਦੇ ਹਾਂ, ਕਿਉਂਕਿ ਅਸੀਂ ਜਿਸ ਵਕਤ ਕਿਸੇ ਵੀ ਆਰੀ ਵਿੱਚ ਜਾਂਦੇ ਹਾਂ, ਲਾਈਨ ਲਾ ਕੇ ਸਾਨੂੰ ਨਾ ਬੇਕਾਰ ਲੋਕਾਂ ਦੀ ਲਿਸਟ ਮਿਲਦੀ। ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਅਸੀਂ ਗੁਰੂ ਨਾਲ ਹੀ ਲੜਾਂਗੇ ਨੌਕਰੀਆਂ ਵਾਸਤੇ, ਲੇਕਿਨ ਕਾਰੋਬਾਰ ਸਟਾਰਟ ਕਰਨਾ ਤੁਹਾਡੇ ਹੱਥ ਵਿੱਚ ਹੈ। ਤੁਹਾਨੂੰ ਜੋ ਸਾਡੇ ਕੋਲੋਂ ਸੁਜੈਸ਼ਨ ਚਾਹੀਦੀ ਹੈ, ਜੋ ਹੈਲਪ ਚਾਹੀਦੀ ਹੈ, ਸਾਡੇ ਚੈਂਬਰ, ਸਾਡੇ ਇੱਥੇ ਅਸੀਂ ਇੱਕ ਆਫਿਸ ਵੀ ਖੋਲ੍ਹ ਰਹੇ ਹਾਂ, ਉੱਥੇ ਆ ਕੇ ਤੁਸੀਂ ਸੰਪਰਕ ਕਰੋ ਅਤੇ ਚੜ੍ਹਦੀ ਕਲਾ ਵਿੱਚ ਆਪਣਾ ਜੀਵਨ ਬਤੀਤ ਕਰੋ। ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਹੋਇਆ, ਪੂਰੀ ਸੰਗਤ ਆ, ਡਿਸਟ੍ਰਿਕਟ ਕਮੇਟੀ ਬਡਗਾਮ,
संत पाल जी इन्हां दी पूरी कमेटी पूरी मैनेजमेंट का बहुत बहुत धन्यवाद करता हाँ कि वह हर वक्त अगे हो के कौम दे काम करते हैं। इस तरह साड़ी त्राल की पूरी कमेटी इतने आई हुई है, साडे पुलवामा की पूरी कमेटी प्रेजिडेंट डॉक्टर रवि सिंह जी, बारामूला की डिस्ट्रिक्ट की पूरी कमेटी, साडे पूरे यूथ जिहड़े लीडर ने वो भी इतने आए हुए हैं। मैं सारे का दो हाथ जोड़ के धन्यवाद करता कि उन्होंने इस स्टंट में इस प्रोग्राम को चढ़ती कला वाला रूप दिता। तो गुरु महाराज साढ़े कृपा बढ़ाई रखे तो असी अपनी कौम वास्ते असी अपने कश्मीर वैली के बच्चों वास्ते चढ़ती कला वाला काम कर सकी। वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। बहुत बहुत धन्यवाद सरदार बलदेव सिंह जी चेयरमैन UKSPF जिहड़े कौमी खेत्रां दे विच हर वक्त पेश रहिंदे ने। असीं अरदास करनी आ वाहेगुरु इन्हां दे कारोबार दे विच इन्हां तरक्कियां बख्शे अते इन्हां नूं हिम्मत बख्शे कि इह किसां कि अपने काम छड़ के कौम दी सेवा दे विच लगे रहिंदे ने। सात संगत जी असीं जिहड़े कोर दे विच संस्थावां ने काम किया है होर जिहड़े साडे संस्थाओं तो बाहर सन इंडिविजुअल ते उन्हां नूं सम्मानित करना है कि जे असीं अपणियां बंदियां नूं अपणियां लोकां नूं सीने दे नाल ना लाइए तो जे करके साडे कोल इह वॉलंटरी टीम ना होंदी तो साडे शायद हस्पतालां दे विच इन्हां ने रोटी पानी जिहड़ी सी उह गैर सिख दी खाणी सी। तो सो जदार जी अगे बेनती है कि वह स्टेज पर खड़े हो जाण। सब तो पहला वो साडे बलदेव सिंह जी पीकस आटो लिमिटेड दे जिन्होंने 50,000 रुपया अते एक गड्डी हाली तक पेश रखी है जी कोविड दे वास्ते चल रही है। सब तो पहले इन्होंने सम्मानित करनगे सिंह साहब ज्ञानी हरप्रीत सिंह जी। बोले सोनिया उस तो बाद कश्मीर सिख साई सभा वो भी स्टेज पर आए जिन्हां दी बड़ी देन है वो 100 परिवारों नूं हर महीने सहायता देंदे हन अते कोविड दे विच उन्हां ने 1,00,000 रुपया कोविड ग्रुप नूं दिता है जिस दे नाल दे कोविड ग्रुप चला है कश्मीर सिख साई सभा। चलो रेड बैग जिहड़ी एक संस्था है केवल ते कुल 40-45 बंदियां दी है जिहड़ी हर महीना केवल 60-70,000 रुपया गरीबां दे भी देंदी है जिस दे कोविड टीम दे विच 30,000 रुपया दे के इस कोविड ग्रुप नूं कामयाब कीता अते अपनी सेवा कीती है। उन्हां दे जिहड़े मोढ़ी हन एक सेवादार सरदार कौल नैन सिंह जी आ रहे ने उन्हां नूं जथेदार साहब जी संबोधित करनगे। उस तो बाद गुरु हरकृष्ण जीवन ज्योत सोसाइटी वो भी स्टेज पर आ जाण जिन्हां दे कोल असी सारा हिसाब किताब रखिया होया है। साडे कोल 50,00,000 रुपया जमा होया अते असी वो संगतां दी सेवा भी लाया। गुरु हरकृष्ण जीवन ज्योत सोसाइटी का कोई व्यक्ति इत्थे है तो भी आ जावे। होर सदारे USF उन्हां दे भी जिहड़े जथेदार हन वह भी स्टेज ते आ जाण जिन्हां ने अंथक मेहनत कीती है अते इसको कोर दे विच हर घर पुजे हन हर संस्कार हर सेंटलाइजर जिन्हें भी इन्होंने किया है। उस तो बाद कोम्बो लाइब्रेरी दे वीर जिन्ना भी हिसाब किताब इन्होंने रखा है जिहड़ा भी हेल्पलाइन सी वो इन्हों दे कोल सी वो गुरप्रीत सिंह जी स्टेज पर आ जाण ते उन्हां नूं सन्मानित करनगे सिंह साहब ज्ञानी हरप्रीत। डॉक्टर फैकल्टी दे विच साडी जिहड़ी रज के सेवा कीती है इस कोविड दे विच सिखां दी ਉਹ ਡਾਕਟਰ ਬਿਕਰਮ ਸਿੰਘ ਜੀ ਉਹ ਵੀ ਸਟੇਜ 'ਤੇ ਆਉਣ ਅਤੇ ਉਹਨਾਂ ਨੂੰ ਸਨਮਾਨਿਤ ਕਰਨਗੇ ਯਾਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ
जद अकाल तख्त साहब डॉक्टर साहब आ गए डॉक्टर साहब की की दसा डॉक्टर साहब ने रात को सोन ही नहीं देंदे सी हेल्पलाइन ऐसा रखिया सी कि सारी रात इसे तरह ही रहते सन। दूजे डॉक्टर साहब साढ़े डॉक्टर जसविंदर सिंह जी वो वैसे उन्होंने मैनू कह दिता है उन्होंने सरोपे इतने रहन दौ क्योंकि उन्होंने जी कॉन्फ्रेंस है वो अज एस के आई सी सी विच है उन्होंने आख्या कि तुसी आप ले आए हो। उस तो बाद साढ़े बलजीत सिंह जी जड़े किसी संस्था नाल नहीं सन पर वो कोविड के विच हर हस्पताल तक रोटी पहुँचाते रहे अते बलजीत सिंह बुनामा वाले होर जड़ी असी आज गड्डी रखी तो ड्राइवर रखे हुआ जिन्हें प्राणी ले जाएंगे इन्होंने लेते हैं। उस तो बाद सरदार गुरजीत सिंह जी मिथन जड़े साढ़े सेवादार दे बच्चे ने जिन्हों असी राती भी सौन नहीं दिता सारी रात कोविड दे ते किसे गैस सिलेंडर जरूरत है किसे नू कंसल्टेटर जरूरत है सारे नू उन्हें तक देता। उस तो बाद बीबी गुरजीत कौर जी गुरदीप कौर जी स्त्री सिख मिशनरी कॉलेज जिन्होंने बड़ी अंथक कोशिश की है वो साढ़े इस कोविड के विच नाल नाल पेश भेज रहे हैं। हुण निष्काम सेवा ट्रस्ट त्राल जिन्होंने त्राल एरिए दे विच सेवा की है वो भी स्टेज पर आ जाण। उस तो बाद सिख यूथ वेलफेयर सोसाइटी सोसाइटी अनंतनाग जो उन्हों का कोई व्यक्ति है वह भी आ जाण तो उन्होंने भी सम्मानित करेंगे जथेदार सिंह साहब ज्ञानी हरप्रीत सिंह जी। उस तो बाद एक नीट का बच्चा साढ़े कोल उन्हें शीट कढ़ी है हरप्रीत सिंह जी गामे राज त्राल जड़े साढ़े प्रेजिडेंट सर रवि सिंह जी के बच्चे हैं वह भी स्टेज पर आन उन्होंने भी सम्मानित करेंगे ज्ञानी हरप्रीत सिंह जी। उस तो बाद डी डी सी मैंबर सरदार अवतार सिंह जी जड़े साढ़े पहुंचे हैं ये भी सियासत नाल वाबस्ता हैं असी तीनों डी डी सी नूं बुलाया सी पर एक आए हैं इन्हों भी सन्मानित करेंगे ज्ञानी हरप्रीत सिंह जी। उस तो बाद गुरद्वारा प्रबंधक कमेटी अनंतनाग पुलवामा बड़गाम बारामूला ते कुपवाड़े दे रिप्रेजेंटेटिव या प्रधान साहब इत्थे हन उन्होंने भी सन्मानित करेंगे भाई ज्ञानी हरप्रीत सिंह जी वह भी छेती तो छेती स्टेज पर आन ते उन्होंने सुमान सत श्री कुपवाड़ा दे कुपवाड़ा दे प्रधान अनंतनाग दे आ रहे लास्ट डिस्ट्रिक्ट का साढ़े सरदी डिस्ट्रिक्ट का कुपवाड़ा जसपाल सिंह है जी ना जसपाल सिंह जी श्रीनगर तो आओ जी चेयरमैन अनंतनाग तो जसपाल सिंह। उस तो बाद गुरुद्वारा प्रबंधक कमेटी बड़गाम के समूह मैंबर स्टेज पर आन उन्होंने सम्मानित करेंगे ज्ञानी हरप्रीत सिंह जी जथेदार साहब जी सिंह साहब ज्ञानी जी असी आप जी की अग्ञात में दसना चाहते हाँ ये वो टीम है जिस टीम ने कोविड कोविड के विच बड़ा काम किया है अते पहले 5 लाख दे के ये सुनने वाली गल है 2 मिनट ज्ञानी जी इस वाल ध्यान दियो कि असी एक बिल्डिंग बनाई है निर्माण के नाते साडा एक व्यक्ति सी गुरसिख जिन्हें वो खरीदी है जमीन उसते असी निर्माण कॉन्फ्रेंस बुलाया है गौरमेंट इत्थे कोई भी बैंक किसी गुरुद्वारे नू किसी अदारे नू लोन नहीं देंदी पर साडे इन्हां जिहड़े साडे
वड्डे वडेर ने सरदार बलदेव सिंह जी, सरदार इंजीनियर टीम जी है, सरदार गुरजीत सिंह जी साबका प्रधानमंत्री सदके असी बैंक के नाल राबता करके असी 3.5 करोड़ रुपया लोन लैके वह बिल्डिंग उसारी, जिस दे विच असी जनू सानू डॉक्टर साहबाना ने डाइट चार्ट दिता तो वे वेज तो नॉन वेज अच्छी गुरुद्वारे नॉन वे वेज नहीं नॉन वेज नहीं बना सकते सी, असी उस किचन दे भी बनाया। पर आज तुसी अरदास करो, आज सादी ही विरोधी मतलब असे विचों ही ऐसे पंथ दोखी हैं जेडे कोर्ट के स्टे लिया लैके उन्होंने बंद कर रहे हैं, अज उन्होंने अरदास करो कि उन्होंने सपातवाई गुरु बख्शे। मास्टर महेंद्र सिंह जी बारामूले वाले आ उन्होंने भी समानत करेंगे ऑन द बिहाफ ऑफ प्रेजिडेंट। जयकारा बोलो बोले सोनिया हाल। बस जी बहुत बहुत धन्यवाद। हो सकता है क्योंकि असी संस्था ने मोढ़ियों नूं दिता है, काम सारे ने किया है, क्योंकि जब ग्रुप होंदा तां ही चलना सी। ते साध संगत जी इसी तरह सजे रहो, गुरु श्री हरिमंदर साहब तो रागी जत्था सिंह पहुंचे हैं, होर साढ़े कोल एक प्रचारक जड़े बड़े सोहने गुरचरण सिंह जी चीमा गुरमत मिशनरी कॉलेज वाले वो भी पहुंचे हैं, उन्होंने विचार भी सरवण करने ने आप जी ने। आप जी इसी तरह सजे रहो। सब तो पहले हूँ सरदार जी ठीक 1 बजे 2 बजे तक संतन रोज मित्र नवाजेंगे। सरदार जोरा सिंह जी हजूरी लागी श्री दरबार साहब अमृतसर। सब तो पहले डीपीसी जिन्हें भी साढ़े प्रेजिडेंट साहब और चेयरमैन साहब हैं वो स्टेज पे आन तब तक भाई साहब सदा सजाएंगे ते जथेदार साहब जी नूं सम्मानित करेंगे सारे प्रेजिडेंट अते चेयरमैन साहब साढ़े। Thank you.
Thank you.
जल की